ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਤੁਹਾਡਾ ਵੀਰ ਆਮਨਾ ਸਿਰਸੋਂ ਬੜਾਵਾਲ ਜੀ। ਦੋਸਤੋ, ਆਪ ਪਿੱਛੇ ਦੇਖ ਰਹੇ ਹੋ ਹੈ ਨਾ, ਕੁਛ ਆਪਾਂ ਪਹਿਲਾਂ ਮਸ਼ੀਨ ਦੇਖ ਕੇ ਹਟੇ ਹਾਂ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੀ, ਅਤੇ ਦੋਧੀ ਯੂਨੀਅਨ ਬੁਢਲਾਡਾ ਅਕਸਰ ਪਹਿਲਾਂ ਵੀ ਨਵੇਕਲੇ ਕੰਮ ਕਰਦੀ ਆਈ ਆ, ਅੱਜ ਵੀ ਸ਼ਹੀਦੀ ਦਿਹਾੜੇ ਦੇ ਉੱਪਰ ਇੱਕ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਹੈ। ਕੱਲਾ ਇਹ ਨਹੀਂ ਹੈਗਾ ਮਤਲਬ ਵੀ ਪਿੰਡਾਂ ਦੇ ਵਿੱਚੋਂ ਦੋਧੀਆਂ ਨੇ ਦੁੱਧ ਇਕੱਠਾ ਕੀਤਾ ਆ ਕੇ ਮੰਡੀ 'ਚ ਪਾ ਗਏ, ਹੈ ਨਾ, ਵੀ ਲੋਕਾਂ ਨੂੰ ਲੋਕਾਂ ਦੇ ਨਾਲ ਲਿੰਕ ਵਧਾਉਣ ਦੇ ਨਾਲ ਨਾਲ ਇਹੋ ਜਿਹੇ ਕੰਮ ਵੀ ਕਰਦੀ ਆਈ ਹੈ ਸਾਡੀ ਦੁੱਧ ਯੂਨੀਅਨ ਬੁਢਲਾਡਾ ਜੀ। ਬਾਕੀ ਪ੍ਰਧਾਨ ਜੀ ਅਤੇ ਸਾਡੀ ਸਮੁੱਚੀ ਸਾਰੀ ਦੁੱਧ ਯੂਨੀਅਨ, ਕੁਛ ਭਰਾ ਉੱਧਰ ਵੀ ਕੰਮ ਲੱਗ ਰਹੇ ਨੇ ਨਾ, ਉੱਧਰ ਵੀ ਜ਼ਰੂਰੀ ਆ, ਗੱਲਾਂ ਬਾਤਾਂ ਕਰਦੇ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਅਤੇ ਗਾਹਾਂ ਦਾ ਕੀ ਆਪਣਾ ਵਿਚਾਰ ਅੱਜ ਜਿਵੇਂ ਆਪਾਂ ਸ਼ਬੀਲ ਲਾਈ? ਅੱਜ ਅਸੀਂ ਨੇ ਸ਼ਹੀਦਾਂ ਦੇ ਸਰਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਾਈ ਹੈ, ਜੋ ਹਰ ਸਾਲ ਦੇ ਤਰ੍ਹਾਂ ਇਹ ਲਗਾਈ ਜਾ ਰਹੀ ਹੈ। ਉਸ ਕਾਰਨਾਂ ਕਰਕੇ ਪਿੱਛੇ ਇੱਕ ਅੱਧਾ ਸਾਲ ਤੱਕ ਮਿਸ ਹੋ ਗਿਆ ਸੀਗਾ, ਅਤੇ ਉਸੇ ਤਰ੍ਹਾਂ ਜਿਵੇਂ ਸਾਡੀ ਦੋਧੀ ਯੂਨੀਅਨ ਬੁਢਲਾਡਾ ਜੋ 1990 ਤੋਂ ਲੈ ਕੇ ਦਿਨ ਪਰ ਦਿਨ ਅਗਲੀਆਂ ਪੌੜੀਆਂ ਚੜ੍ਹਦੀ ਆ ਰਹੀ ਹੈਗੀ, ਅਤੇ ਸਮਾਜਿਕ ਭਲਾਈ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਕਿਸੇ ਵੀ ਸੰਸਥਾ ਦਾ ਕੰਮ ਹੈਗਾ ਉਹਦੇ ਵਿੱਚ ਪੂਰਾ ਯੋਗਦਾਨ ਪਾਉਂਦੀ ਹੈ, ਅਤੇ ਸ਼ਹਿਰ ਨਿਵਾਸੀਆਂ ਦੇ ਅਤੇ ਪਿੰਡ ਵਾਲੇ ਵੀਰਾਂ ਦੇ ਸਹਿਯੋਗ ਦੇ ਨਾਲ ਦੋਧੀ ਯੂਨੀਅਨ ਬੁਢਲਾਡਾ ਤਰੱਕੀਆਂ ਵੱਲ ਜਾ ਰਹੀ ਹੈ। ਬਿਲਕੁਲ, ਅਤੇ ਗਾਹਾਂ ਵਾਲੇ ਆਉਣ ਵਾਲੇ ਸਮੇਂ 'ਚ ਆਪਾਂ ਕੀ ਕੁਛ ਮਿੱਥਿਆ ਹੋਇਆ? ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਵੀ ਹੁੰਮਸ ਬਹੁਤ ਜ਼ਿਆਦਾ ਹੋਣ ਕਰਕੇ ਅਤੇ ਗਰਮੀ ਦਾ ਆਪਾਂ ਨੂੰ ਪ੍ਰਕੋਪ, ਦੇਖੋ 50 ਡਿਗਰੀ ਤੱਕ ਟੈਂਪਰੇਚਰ ਚਲਾਇਆ ਗਿਆ ਸੀਗਾ। ਪੂਰੇ ਸੰਬੰਧ ਦੇ ਵਿੱਚ ਅਸੀਂ ਜੱਟ ਜ਼ਿਮੀਂਦਾਰ ਹੋਣ ਦੇ ਨਾਂ ਦੇ ਉੱਤੇ ਹੋਰਨਾਂ ਨੂੰ ਆਪ ਹੀ ਪ੍ਰੇਰੇ ਜਾਂਦੇ ਹਾਂ, ਅਤੇ ਉਸ ਤੋਂ ਬਾਅਦ ਹੋਰਾਂ ਨੂੰ ਵੀ ਪ੍ਰੇਰਦੇ ਹਾਂ ਵੀ ਵੱਧ ਤੋਂ ਵੱਧ ਆਪਾਂ ਨੂੰ ਪੌਦੇ ਲਾਉਣੇ ਚਾਹੀਦੇ ਨੇ, ਤਾਂ ਜੋ ਜਿਹੜਾ ਆਉਣ ਵਾਲਾ ਟੈਂਪਰੇਚਰ ਹੈ ਅਤੇ ਆਉਣ ਵਾਲਾ ਆਪਣਾ ਵਾਤਾਵਰਨ ਹੈ ਉਹਨੂੰ ਬਚਾਇਆ ਜਾ ਸਕੇ। ਕੱਲਾ ਦੋ, ਮੈਂ ਪਹਿਲਾਂ ਵੀ ਇਹੀ ਗੱਲ ਕਹਿ ਕੇ ਹਟਿਆ ਵੀ ਕੱਲਾ ਆਪਣਾ ਇਹ ਮਤਲਬ ਨਹੀਂ ਹੈਗਾ ਪਿੰਡਾਂ 'ਚੋਂ ਦੁੱਧ ਇਕੱਠਾ ਕਰਿਆ ਆ ਕੇ ਪਾ ਕੇ ਡੇਅਰੀਆਂ 'ਚ ਜਾਂ ਘਰਾਂ 'ਚ, ਆਪਾਂ ਇਸ ਤਰ੍ਹਾਂ ਦੇ ਵੀ ਜਿਹੜੇ ਮਤਲਬ ਅਨੋਖੇ ਕੰਮ ਆਉਂਦੇ ਹੈ ਨਾ ਲੋਕਾਂ ਨਾਲ ਸਾਂਝ ਰੱਖਣ ਦੇ ਵਾਸਤੇ ਸ਼ੁਰੂ ਤੋਂ ਕਰਦੇ ਆਏ ਆ, ਅਤੇ ਇਸੇ ਤਰ੍ਹਾਂ ਪੌਦਿਆਂ ਵਾਲੀ ਛਬੀਲੀ ਵੀ ਆਪਾਂ ਲਾਉਣੀ ਆ, ਉਹਦਾ ਕੋਈ ਤਰੀਕ ਮਿੱਤੀ ਆਪਾਂ ਕੋਈ ਜਿਹੜੀ ਪੌਦਿਆਂ ਵਾਲੀ ਛਬੀਲ ਲਾਉਣੀ? ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨਾਲ ਮੱਥ ਕੇ ਨਾ ਇਹ ਵੀ ਨਾਲੇ ਤਾਂ ਪੌਦਿਆਂ ਵਾਲੀ ਛਬੀਲ ਲਾ ਰਹੇ ਹਾਂ, ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਕਿ ਕਰੋਨਾ ਕਾਲ ਦੇ ਵਿੱਚ ਸਾਰਾ ਸਿਸਟਮ ਹੀ ਬੰਦ ਹੋ ਗਿਆ ਸੀਗਾ, ਪਰ ਉਦੋਂ ਵੀ ਦੋਧੀ ਯੂਨੀਅਨ ਬੁਢਲਾਡਾ ਰੋਜ਼ਾਨਾ 2.5 ਕੁਇੰਟਲ ਦੁੱਧ ਲੋੜਵੰਦ ਦੇ ਗਰੀਬ ਪਰਿਵਾਰਾਂ ਨੂੰ ਉਹਨਾਂ ਦੇ ਘਰ ਤੱਕ ਜਾ ਕੇ ਜਦੋਂ ਕੋਈ ਬਾਹਰ ਨਹੀਂ ਨਿਕਲਦਾ ਸੀਗਾ ਉਦੋਂ ਵੀ ਘਰ ਘਰ ਜਾ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੀਗੇ। ਬਿਲਕੁਲ, ਅਤੇ ਸਾਨੂੰ ਮੰਡੀ ਦਾ ਵੀ ਬਹੁਤ ਸਾਥ ਹੈ, ਅਤੇ ਅੱਜ ਸਾਡਾ ਦੋਧੀ ਯੂਨੀਅਨ ਬੁਢਲਾਡਾ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਪਿੰਡਾਂ ਦੇ ਵਿੱਚੋਂ ਪੂਰਾ ਸਹਿਯੋਗ ਮਿਲਿਆ, ਅਤੇ ਉਰੋਂ ਮੰਡੀ 'ਚੋਂ ਵੀ ਜਿਵੇਂ ਸਾਡੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਜੋ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਅਤੇ ਇਸ ਯੂਨੀਅਨ ਨੂੰ ਅੱਗੇ ਲਿਜਾਣ ਬਾਰੇ ਸੋਚ ਰਹੇ। ਬਿਲਕੁਲ, ਇਹ ਅਸੀਂ ਹੋਰ ਕਰ ਰਹੇ ਹਾਂ ਜੀ, ਅਸੀਂ ਸਿਰਫ ਇੱਕ ਬੰਦੇ ਨੂੰ ਇੱਕੋ ਦਰਖਤ ਦਿੱਤਾ ਜਾਂਦਾ ਹੈਗਾ, ਉਹਦਾ ਵੀ ਬਾਇਓਡਾਟਾ ਲਿਖ ਕੇ ਉਹਦਾ ਮੋਬਾਈਲ ਨੰਬਰ ਉਹਦੇ ਪਿੰਡ ਦਾ ਨਾਮ, ਅਤੇ ਜੇ ਇੱਕ ਦਰਖਤ ਵੀ ਅਸੀਂ ਉਹਨੂੰ ਕਹਿੰਦੇ ਹੈਗੇ ਵੀ ਸਾਡੀ ਟੀਮ ਆਊਗੀ ਅਤੇ ਜਿੱਥੇ ਵੀ ਤੁਸੀਂ ਦਰਖਤ ਲਾਓਗੇ ਅਤੇ ਉਹਦੀ ਫੋਟੋ ਵਗੈਰਾ ਵੀ ਸਾਨੂੰ ਚਾਹੀਦੀ ਹੈ, ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਇਹ ਕੇਅਰ ਕਰਦਾ ਜਾਂ ਨਾ ਕਰਦਾ, ਕਿਉਂਕਿ ਬਾਹਲੇ ਪੌਦੇ ਲਿਜਾਣ ਦੀ ਲੋੜ ਨਹੀਂ ਹੈਗੀ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਚਾਹੇ ਇੱਕ ਇੱਕ ਪੌਦਾ ਲਾ ਲਓ ਪਰ ਉਹਦੀ ਕੇਅਰ ਜ਼ਰੂਰ ਕਰੋ। ਹਾਂਜੀ, ਸਾਡਾ ਜਿਹੜਾ ਪਹਿਲਾਂ ਨਾ ਪਹਿਲਾਂ
ਹੈ।